ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅਸਲਾਮ ਅਲੈਕੁਮ ਜੀ ਮੇਰੇ ਭੈਣ ਭਰਾਵੋ, ਕੀ ਹਾਲ ਆ? ਉਮੀਦ ਆ ਕਿ ਤੁਸੀਂ ਖੈਰ ਖਰੀਅਤ ਦੇ ਨਾਲ ਹੋਵੋਗੇ। ਵਲੋਗ ਦਾ ਆਗਾਜ਼ ਕਰਦੇ ਪਏ ਹਾਂ, ਜ਼ਰੂਰ ਦੇਖਿਓ, ਸਾਨੂੰ ਜ਼ਿਆਦਾ ਤੋਂ ਜ਼ਿਆਦਾ ਪਿਆਰ ਮੁਹੱਬਤ ਦਿਓ, ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰਿਓ, ਜ਼ਿਆਦਾ ਤੋਂ ਜ਼ਿਆਦਾ ਵਾਚ ਕਰਿਓ, ਕਿਉਂਕਿ ਜਿੰਨਾ ਵਾਚ ਕਰੋਗੇ ਉਨਾ ਹੀ ਸਾਡੇ ਵਾਸਤੇ ਫਾਇਦੇਮੰਦ ਹੈ ਜੀ। ਵਲੋਗ ਦਾ ਆਗਾਜ਼ ਕਰ ਰਹੇ, ਜਿਹੜੇ ਭੈਣ ਭਰਾ ਨਏ ਆ ਉਹ ਬੈਲ ਆਈਕੋਨ ਨੂੰ ਜ਼ਰੂਰ ਪ੍ਰੈਸ ਕਰਨ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਤੱਕ ਬਰ ਵਕਤ ਪਹੁੰਚ ਸਕੇ ਜੀ। ਹੱਸਦੇ ਰਹੋ, ਵੱਸਦੇ ਰਹੋ, ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ, ਆਬਾਦ ਰੱਖੇ। ਜਿਹਨਾਂ ਭੈਣ ਭਰਾਵਾਂ ਕੋਲ ਔਲਾਦ ਨਹੀਂ, ਅੱਲਾਹ ਤਾਲਾ ਉਹਨਾਂ ਨੂੰ ਨੇਕ ਔਲਾਦ ਨਾਲ ਨਵਾਜ਼ੇ। ਜਿਹੜੇ ਭੈਣ ਭਰਾ ਬਿਮਾਰ ਆ, ਅੱਲਾਹ ਤਾਲਾ ਉਹਨਾਂ ਨੂੰ ਸਿਹਤ ਤੰਦਰੁਸਤੀ ਦਿਓ। ਇਸ ਦੁਆ ਦੇ ਨਾਲ ਜੀ ਵਲੋਗ ਦਾ ਆਗਾਜ਼ ਕਰ ਰਹੇ ਹਾਂ, ਜ਼ਰੂਰ ਜਿਹੜਾ ਨਾ ਸਾਡੇ ਲਈ ਵੀ ਦੁਆ ਕਰਨੀ ਹੈ, ਅੱਲਾਹ ਤਾਲਾ ਸਾਨੂੰ ਵੀ ਹਮੇਸ਼ਾ ਖੁਸ਼ ਰੱਖੇ। ਆਮੀਨ ਸੁਮ ਆਮੀਨ। ਇਹਦੇ ਨਾਲ ਹੀ ਵਲੋਗ ਦਾ ਆਗਾਜ਼ ਕਰ ਰਹੇ ਹਾਂ ਜੀ। ਇਸ ਦੇ ਵਿੱਚ ਪੋਚੀ ਲਗਾ ਦਿੱਤੀ ਆ ਕਿਚਨ 'ਚ ਨਾ, ਅਤੇ ਇਹਦੇ ਕੁਛ ਸਾਫ਼ ਸਫਾਈ ਕਰ ਦਿੱਤੀ ਹੈ, ਅਤੇ ਹੁਣ ਇਸ ਰੂਮ ਨੇ ਸ਼ੁਰੂ ਹੋਏ ਆ। ਇਹ ਦੇਖੋ ਇੱਧਰ ਇੰਨੀ ਮਿੱਟੀ, ਡਸਟ, ਸਾਰਾ ਕੁਛ ਇਹਨੂੰ ਸਾਫ਼ ਕਰਨਾ, ਅਤੇ ਇਹਨੂੰ ਲੱਗੇ ਹੋਏ ਆ ਸਾਫ਼ ਸਫਾਈ ਕਰਨ ਵਾਸਤੇ। ਰਾਤ ਦਾ ਜਿਹੜਾ ਹਨੇਰ ਚੱਲਿਆ ਮੈਂ ਦਿਖਾਉਂਦਾ ਵਾਂ ਤੁਸੀਂ, ਹੁਣ ਮੈਂ ਹਨੇਰੀ ਦੇ ਕਮਾਲ ਦਿਖਾਉਂਦਾ। ਇਹ ਦੇਖੋ ਜੀ ਹਨੇਰੀ ਦੇ ਕਮਾਲ, ਦੇਖੋ ਇਹ ਹਨੇਰੀ ਜਿਹੜੀ ਹੈ ਨਾ ਰਾਤ ਦੀ ਆਈ ਹੋਈ ਹੈ ਜੀ। ਇਹ ਦੇਖੋ ਇੰਨੀ ਹਨੇਰੀ ਜਿਹੜੀ ਹੈ ਨਾ, ਸਾਰੀ ਮਿੱਟੀ ਮਿੱਟੀ। ਹੁਣ ਇਹ ਭਲਾ ਫਰਸ਼ ਜਿਹੜਾ ਹੈ, ਦੇਖੋ ਇਹ ਇੰਨਾ ਰਾਤ ਦਾ ਹਨੇਰ ਚੱਲਿਆ ਵਾ ਜੀ, ਇਹ ਸਾਰੀਆਂ ਇਸਤਰੀਆਂ ਖਰਾਬ ਆ, ਅਤੇ ਇਹਨਾਂ ਨੂੰ ਠੀਕ ਕਰਵਾਵਾਂਗੇ। ਇਹ ਦੇਖੋ ਆਹ ਹਨੇਰੀ ਜਿਹੜੀ ਹੈ ਨਾ, ਇਹ ਪੈਪ ਜਿੱਥੇ ਪਿਆ ਪੈ ਰਿਹਾ ਉੱਥੇ ਨਾਲ ਨਾਲ ਰੇਤਾ ਜਿਹੜੀ ਹੈ ਨਾ ਇਸ ਦੇ ਨਾਲ ਲੱਗੀ ਰਹੀ ਹੈ। ਇਹ ਸਾਰਾ ਫਰਸ਼ ਅੱਜ ਜਿਹੜਾ ਨਾ ਉਹ ਸਾਫ਼ ਸੁਥਰਾ ਕਲੀਨ ਕਰਾਂਗੇ। ਹੋਏ ਹੋਏ ਹੋਏ, ਇੰਨੀ ਸਾਰੀ ਜਿਹੜੀ ਹੈ ਨਾ ਹਨੇਰ ਨੇ ਤਬਾਹੀ ਪੱਟੀ ਹੋਈ ਆ ਜੀ। ਇਹ ਸਭ ਸਾਫ਼ ਸਫਾਈ ਜਿਹੜੀ ਹੈ ਨਾ, ਅਸੀਂ ਅੱਜ ਤਕਰੀਬਨ ਸਾਨੂੰ ਦੁਪਹਿਰ ਹੋ ਜਾਣੀ ਆ, ਇਹ ਕਰਦੇ ਹਾਂ ਜੀ। ਇਹ ਦੇਖੋ ਸਾਰਾ ਜਿਹੜਾ ਨਾ ਇਹ ਸਭ ਡਸਟ ਪਈ ਖੜੀ ਆ। ਇਹ ਦੇਖੋ ਇਹ ਮੈਂ ਆਪਣੇ ਦੇਖਣ ਵਾਲੇ ਭੈਣ ਭਰਾਵਾਂ ਨੂੰ ਹਨੇਰੀ ਦੀ ਜਿਹੜੀ ਹੈ ਨਾ ਉਹ ਮਿੱਟੀ ਦਿਖਾ ਰਿਹਾ। ਇਹ ਦੇਖੋ ਇਹ ਸਾਰੀ ਹਨੇਰੀ, ਹਨੇਰ ਚੱਲਿਆ, ਹਨੇਰ ਨੇ ਇਹ ਸਾਰਾ ਘਰ ਦਾ ਹਾਲ ਜਿਹੜਾ ਕੀਤਾ ਵਾ ਉਹ ਮੈਂ ਦਿਖਾਇਆ। ਚਲੋ ਜੀ ਹੁਣ ਸਾਫ਼ ਸਫਾਈ ਕਰਕੇ ਫਿਰ ਦਿਖਾਉਂਦੇ ਹਾਂ ਆਪਣੇ ਭੈਣ ਭਰਾਵਾਂ ਨੂੰ। ਅੱਛਾ ਜੀ, ਇਸ ਰੂਮ 'ਚ ਜਿਹੜੀਆਂ ਪੋਚੀ ਮਾਰਨ ਨਾਲ ਵਾਲੇ 'ਚ ਮਾਰ ਲਈ ਹੈ, ਅਤੇ ਬਾਕੀ ਸਾਰੇ ਧੋਵਾਂਗੇ। ਅਸਰ ਰੱਖ ਸੋ ਫਿਰ ਨੀਚੇ ਕਰਕੇ ਵੀ ਮਾਰੋ, ਦੂਸਰੀ ਸਾਈਡ ਤੋਂ ਇੱਥੋਂ ਨੀਚੇ ਕਰਕੇ। ਸਾਡੇ ਕੋਲ ਅਸੀਂ ਸਾਫ਼ ਨਹੀਂ ਹੁੰਦਾ ਪੋਚੀ ਨਾਲ, ਅਸੀਂ ਇਸ ਕਰਕੇ ਧੋ ਲੈਂਦੇ ਹਾਂ। ਹੁਣ ਗਰਮੀਆਂ ਹੀ ਰਹਿਣਾ, ਰੋਜ਼ ਹਨੇਰੀ ਰੋਜ਼ ਹਨੇਰੀ। ਚਲੋ ਇੱਥੋਂ ਬਾਕੀ ਅੱਗੇ ਧੋ ਲੈਂਦੇ ਹਾਂ, ਅਤੇ ਇਹਦੇ 'ਚ ਲਗਾ ਦਿੱਤੀ ਹੈ ਪੋਚੀ। ਇਹ ਦੇਖੋ ਅੰਦਰੋਂ ਪਹਿਲੇ ਹਨੇਰੀ ਨਾਲ ਇੰਨੀ ਇੰਨੀ ਮਿੱਟੀ ਕੱਢੀ ਆ, ਉਹ ਸੋਫਾ ਅੰਦਰ ਕਰ ਦਈਏ, ਅਤੇ ਚਲੋ ਪੈਪ ਲਾਓ ਧੋਈਏ। ਜ਼ਿਆਨ ਤੁਹਾਡੇ ਨਾਲ ਹੀ ਆ, ਜ਼ਿਆਨ ਦੀਆਂ ਨਿੱਕੀਆਂ ਨਿੱਕੀਆਂ ਸ਼ਰਾਰਤਾਂ ਕਿੰਨੀਆਂ ਪਿਆਰੀਆਂ ਲੱਗਦੀਆਂ।
ਜਾਨ ਉਹ ਪਲਾਸਟਿਕ ਦੀਆਂ ਗੇਂਦਾਂ ਜੀਆਂ ਤੇਰੀਆਂ ਕਿੱਥੇ ਆ? ਜਿਆਨ ਦੀ ਇੱਕ ਗੱਲ ਹੀ ਸਮਝ ਨਹੀਂ ਲੱਗਦੀ ਕੀ ਕਹਿੰਦਾ। ਜਿਆਨ ਕਿੱਥੇ ਆ ਗੇਂਦਾ? ਹੈਂ ਅੱਛਾ ਫੂਕ ਮਾਰ ਦੇ। ਚਲੋ ਹਾਂਜੀ, ਇਹ ਰਾਤ ਦੀ ਹਨੇਰੀ ਦਾ ਜਿਹੜਾ ਨਾ ਕਮਾਲ ਹੈ, ਦੇਖ ਸਕਦੇ ਹੋ ਇੰਨੀ ਇੰਨੀ ਡਸਟ ਜਿਹੜੀ ਹੈ ਨਾ ਗੱਡੀ 'ਚ ਪਈ ਹੋਈ ਆ, ਰਾਤ ਜਿਹੜੀ ਹਨੇਰੀ ਚੱਲੀ ਆ ਜੀ, ਇਹ ਦੇਖ ਸਕਦੇ ਹੋ ਕਿਆ ਹੀ ਕਹਿਣੇ ਹਨੇਰੀ ਦੇ। ਆ ਕਰੀਮ ਨਵੀਂ ਤਾਂ ਨਹੀਂ ਆਉਂਦੀ ਤੁਰੀ ਰੂੜੀ? ਉਹ ਮੁੰਡਾ ਤੇਰੇ ਨਾਲ ਬਰਾਬਰ ਕੰਮ ਕਰਾਉਂਦਾ ਨਿੱਕਾ, ਮੁੰਡੇ ਨੇ ਜੁੱਤੀ ਨਹੀਂ ਪਾਈ ਗਿਰ ਜਾਣਾ। ਇਹਦੇ 'ਚ ਕਿੱਥੇ ਆ ਸ਼ੂਜ਼ ਦੂਸਰੇ ਪਾ ਦਈਏ? ਮੁੰਡਾ ਏ ਸੀ ਦਾ ਰਿਮੋਟ ਮੰਗਦਾ, ਕਹਿੰਦਾ ਪਾਪਾ ਏ ਸੀ ਦਾ ਰਿਮੋਟ ਦੇਈ ਮੈਨੂੰ। ਜੀ ਇਹ ਦੇਖ ਸਕਦੇ ਹਾਂ ਸਾਰਾ ਫਰਸ਼ ਤਕਰੀਬਨ ਸੁਬਹ ਦੇ ਲੱਗੇ ਹੋਏ ਆ, ਅਤੇ ਸਫਾਈਆਂ ਕਰਨ ਵਾਸਤੇ ਨਾ ਸੁਬਹ ਦੇ ਇਹ ਗੇਟ ਧੋਂਦੇ ਧੋਂਦੇ ਜਿਹੜਾ ਨਾ ਇੱਥੇ ਤੱਕ ਪਹੁੰਚ ਗਿਆ, ਸਾਰਾ ਘਰ ਮੁਕੰਮਲ ਉੱਧਰੋਂ ਧੋਇਆ। ਇੱਥੋਂ ਮੈਂ ਦਿਖਾਉਂਦਾ ਜੀ, ਮਾਸ਼ਾਅੱਲਾ ਸੋ ਨਾਈਸ ਸੋ ਬਿਊਟੀਫੁੱਲ ਜੀ। ਅਤੇ ਹੁਣ ਜਿਹੜਾ ਨਾ ਆ ਗਿਆ ਬਾਹਰ, ਮਿੱਟੀ ਤਾਂ ਆਣੀ ਹੀ ਆਣੀ ਆ ਬਾਹਰ ਚੋਂ ਸਾਰੀ ਰੇਤ। ਹੁਣ ਤਾਂ ਲੱਗ ਰਿਹਾ ਇੱਕ ਮਹੀਨਾ ਹਨੇਰੀ ਨਾ ਆਵੇ। 8 ਦਿਨ ਬਾਅਦ ਫਰਸ਼ ਨਾ ਨਾ ਧੋ ਤੇ ਇਹਦਾ ਕੋਈ ਹਾਲ ਨਹੀਂ ਰਹਿੰਦਾ। 8 ਦਿਨ ਬਾਅਦ ਬਸ ਠੀਕ
ਚੱਲੀ ਆ ਸਾਈਡ ਸਾਰੀ ਧੋ ਦਿੱਤੀ ਆ, ਵਾਸ਼ਰੂਮ ਸਾਰਾ ਧੋ ਦਿੱਤਾ। ਅਜ਼ਿਆਨ ਦਾ ਖਿਆਲ ਰੱਖਿਓ ਅਤੇ ਬਿਲਕੁਲ ਨਾ, ਰਾਤ ਬਹੁਤ ਜ਼ਿਆਦਾ ਹਨੇਰੀ ਆਈ ਸੀ ਅਤੇ ਕੋਈ ਹਾਲ ਨਹੀਂ ਸੀ ਘਰ ਦਾ। ਪਹਿਲੇ ਮੈਂ ਸੋਚਿਆ ਕਿ ਪਿਛਲੇ ਟਾਈਮ ਧੋਵਾਂਗੇ, ਫਿਰ ਮੈਂ ਕਿਹਾ ਨਹੀਂ ਧੋ ਹੀ ਲਈਏ, ਪਿਛਲੇ ਟਾਈਮ ਫਿਰ ਬਹੁਤ ਜ਼ਿਆਦਾ ਧੁੱਪ ਹੁੰਦੀ ਆ। ਇਹ ਦੇਖੋ ਸਾਰਾ ਸਾਫ਼ ਸੁਥਰਾ ਕਰਤਾ ਵਾ ਅਤੇ ਹੁਣ ਸੁਬਹ ਦਾ ਨਾਸ਼ਤਾ ਨਹੀਂ ਕੀਤਾ ਹੋਇਆ, ਉਹ ਬਣਾਉਂਦੇ ਹਾਂ ਅਤੇ ਖਾਂਦੇ ਹਾਂ। ਇੱਥੇ ਹਾਲ 'ਚ ਅਸੀਂ ਲਗਾਈ ਆ ਪੋਚੀ, ਪੋਚੀ ਲਗਾ ਕੇ ਉੱਤੇ ਮਾਰਿਆ ਵਾ ਕੱਪੜਾ ਇੱਥੇ, ਅਤੇ ਇਹ ਪਹਿਲੇ ਹੀ ਬਸ ਠੀਕ ਸੀਗਾ, ਇਹ ਲੈਣ ਜਿਹੜਾ ਕੱਪੜੇ ਬੱਚਿਆਂ ਨੂੰ ਚੱਕਣਾ ਲੈ ਲਏ ਅਤੇ ਇੱਥੇ ਸਾਰਾ ਫਰਸ਼ ਇਸ ਤਰ੍ਹਾਂ ਸਾਫ਼ ਕੀਤਾ ਇਹ ਵਾਲਾ ਜੀ। ਇਸ ਵਕਤ ਜਿਹੜਾ ਨਾ ਫਰਸ਼ ਫੁਰਸ਼ ਧੋਣ ਤੋਂ ਬਾਅਦ ਖਾਣਾ ਖਾਧਾ, ਖਾਣਾ ਖਾ ਕੇ ਹੁਣ ਮੈਂ ਇੱਕ ਗੱਲ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰਨੀ ਸੀ ਕਿ ਮੈਂ ਇਹ ਜਿਹੜੇ ਪੌਦੇ ਆ ਇਹਨਾਂ ਨੂੰ ਪਾਣੀ ਲਾਇਆ, ਉਹਦੇ ਸਬਜ਼ੀਆਂ ਨੂੰ ਹੁਣ ਮੈਂ ਮੋਟਰ ਚਲਾਈ ਹੋਈ ਆ। ਅਤੇ ਵੀਡੀਓ ਬਣਾਉਣ ਦਾ ਫਾਇਦਾ ਇਹ ਹੁੰਦਾ ਕਿ ਬਹੁਤ ਸਾਰੇ ਜਿਹੜੇ ਭੈਣ ਭਰਾ ਵਾ ਜਾਂ ਜਿਹੜੇ ਸਾਡੇ ਵੱਡੇ ਬਜ਼ੁਰਗ ਆ ਉਹ ਸਾਨੂੰ ਜਿਹੜਾ ਨਾ ਐਡਵਾਈਸ ਦਿੰਦੇ ਆ ਬਹੁਤ ਜ਼ਿਆਦਾ, ਯਾਨੀ ਕਿ ਜਿਹੜਾ ਨਾ ਉਹ ਦੱਸਦੇ ਆ। ਸਾਨੂੰ ਇੰਨੀਆਂ ਗੱਲਾਂ ਦਾ ਨਹੀਂ ਪਤਾ, ਅਸੀਂ ਸਿੱਧੇ ਸਾਧੇ ਦਿਹਾਤੀ ਲੋਕ ਹਾਂ ਅਤੇ ਉਹ ਸਾਨੂੰ ਬੈਠ ਕੇ ਵੀਡੀਓ ਸਾਡੀ ਦੇਖ ਕੇ ਸਾਨੂੰ ਦੱਸ ਦਿੰਦੇ ਆ ਕਿ ਇਹ ਕੰਮ ਅਗਰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕੀਤਾ ਜਾਵੇ ਤਾਂ ਜ਼ਿਆਦਾ ਫਾਇਦੇਮੰਦ ਆ ਜੀ। ਮੇਰੀ ਗੱਲ ਕਰਨ ਦਾ ਮਕਸਦ ਇਹ ਆ ਕਿ ਜਿਹੜੇ ਭੈਣ ਭਰਾ ਮੇਰੀ ਵੀਡੀਓ ਦੇਖਦੇ ਆ ਅਗਰ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਤਾਂ ਉਹ ਜਿਹੜਾ ਨਾ ਮੇਰੇ ਤੋਂ ਸਿੱਖ ਸਕਦੇ ਨੇ ਕਿ ਉਹਨਾਂ ਨੇ ਆਖਿਆ ਕਿ ਤੁਸੀਂ ਨਸਰੁੱਲਾ ਇਸ ਤਰ੍ਹਾਂ ਕਰਨਾ ਕਿ ਇਹ ਪੌਦਿਆਂ ਨੂੰ ਨਾ ਗਰਮੀ ਬਹੁਤ ਜ਼ਿਆਦਾ, ਇਹਨਾਂ ਨੂੰ ਉੱਤੇ ਨਾ ਪਾਣੀ ਵੀ ਛਿੜਕ ਦਿਆ ਕਰੋ, ਠੀਕ ਆ ਨਾ, ਇਹਨਾਂ ਨੂੰ ਨਹਿਲਾ ਵੀ ਦਿਆ ਕਰੋ ਤਾਂ ਕਿ ਪੌਦੇ ਜਿਹੜੇ ਆ ਨਾ ਇਹਨਾਂ ਦੇ ਪੱਤੇ ਸੜਨਗੇ ਨਹੀਂ। ਅਤੇ ਮੈਨੂੰ ਉਹਨਾਂ ਦਾ ਮਸ਼ਵਰਾ ਬਹੁਤ ਜ਼ਿਆਦਾ ਅੱਛਾ ਲੱਗਿਆ, ਮੈਨੂੰ ਇੰਨਾ ਪਸੰਦ ਆਇਆ। ਜਿਸ ਤਰ੍ਹਾਂ ਬੰਦਾ ਨਹਾ ਕੇ ਠੰਡਾ ਹੋ ਜਾਂਦਾ ਇਸ ਤਰ੍ਹਾਂ ਪੌਦੇ ਵੀ ਠੰਡੇ ਹੋ ਜਾਂਦੇ ਆ। ਅਤੇ ਮੈਂ ਅੱਜ ਉਹੀ ਕੰਮ ਕੀਤਾ, ਪਹਿਲੇ ਤਾਂ ਮੈਂ ਕੱਲ੍ਹ ਸ਼ਾਵਰ ਲਾਇਆ ਸੀ, ਸ਼ਾਵਰ ਸਾਡਾ ਨਾਲ ਨਹੀਂ ਚੱਲਿਆ ਹੈਗਾ, ਐਡੀ ਚਸ ਕੋਈ ਨਹੀਂ ਆਈ ਹੈਗੀ। ਸ਼ਾਵਰ ਲਾ ਕੇ ਨਾ ਮੈਂ ਕੋਸ਼ਿਸ਼ ਕੀਤੀ ਹੈ ਕਿ ਚਲੋ ਸ਼ਾਵਰ ਚੇਂਜ ਕਰਦਾ ਰਹਾਂ, ਲੇਕਿਨ ਉਹ ਗੱਲ ਨਹੀਂ ਬਣੀ ਹੈਗੀ। ਅਤੇ ਹੁਣ ਮੈਂ ਜਿਹੜਾ ਆਪਣੇ ਭੈਣ ਭਰਾਵਾਂ ਨੂੰ ਇਹ ਦੱਸਦਾ ਪਿਆ ਕਿ ਮੈਂ ਪੈਪ ਦੇ ਨਾਲ ਹੀ ਛਿੜਕਾਓ ਕੀਤਾ ਵਾ ਅਤੇ ਮਾਸ਼ਾਅੱਲਾ ਪੌਦੇ ਜਿਹੜੇ ਆ ਨਾ ਉਹ ਫਰੈਸ਼ ਖੜ੍ਹੇ ਨੇ। ਅਤੇ ਮੇਰੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰਨਾ, ਜ਼ਿਆਦਾ ਤੋਂ ਜ਼ਿਆਦਾ ਫੋਲੋ ਕਰਨਾ ਜੀ, ਥੈਂਕ ਯੂ ਵੈਰੀ ਮੱਚ, ਅਤੇ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰਨਾ, ਥੈਂਕ ਯੂ ਜੀ। ਜੀ ਇਹ ਦੇਖੋ ਮੈਂ ਸਬਜ਼ੀ ਨੂੰ ਪਾਣੀ ਲਗਾ ਰਿਹਾ ਅਤੇ ਮੈਂ ਨਾ ਛਿੜਕਾਓ ਕਰ ਰਿਹਾ ਤਾਂ ਕਿ ਇਹ ਬਿਲਕੁਲ ਫਰੈਸ਼ ਰਹੇ, ਇਹਨਾਂ ਨੂੰ ਗਰਮੀ ਦੀ ਜਿਹੜੀ ਆ ਨਾ ਉਹ ਸ਼ਿੱਦਤ ਮਹਿਸੂਸ ਨਾ ਹੋਵੇ ਜੀ। ਅਤੇ ਇਹ ਮੈਨੂੰ ਬਹੁਤ ਹੀ ਮੇਰੀ ਵੀਡੀਓ ਦੇਖ ਕੇ ਮੇਰੇ ਪਿਆਰੇ ਜਿਹੜੇ ਆ ਨਾ ਉਹ ਅੰਕਲ ਨੇ ਦੱਸਿਆ ਸੀ, ਉਹਨਾਂ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਪੌਦਿਆਂ ਨੂੰ ਨਾ ਇੱਕ ਦੋ ਵਾਰੀ ਦਿਨੇ ਨਹਿਲਾ ਦਿਆ ਕਰੋ, ਠੀਕ ਆ ਨਾ, ਤਾਂ ਕਿ ਜਿਹੜਾ ਉਹਨਾਂ 'ਤੇ ਗਰਮੀ ਦੀ ਸ਼ਿੱਦਤ ਜਿਹੜੀ ਆ ਨਾ ਉਹ ਕੰਮ ਹੋ ਜਾਵੇ ਜੀ। ਦੇਖੋ ਗਰਮੀ ਨਾ ਕੀ ਹਾਲ ਹੋ ਗਿਆ, ਹਰ ਚੀਜ਼ ਸੁੱਕ ਸੜ ਗਈ ਆ। ਅੱਛਾ ਜੀ, ਬੱਚੇ ਮਾਸ਼ਾਅੱਲਾ ਬਹੁਤ ਜ਼ਿਆਦਾ ਖੁਸ਼ ਆ, ਖਸੂਸਨ ਜ਼ਿਆਨ ਅਤੇ ਉਮਾਰ ਦੋਨੋਂ ਬੱਚਿਆਂ ਨੂੰ ਬਹੁਤ ਜ਼ਿਆਦਾ ਸ਼ੌਕ ਆ। ਅਦਨ ਨੂੰ ਵੀ ਕੋਈ ਨਹੀਂ, ਮੈਨੂੰ ਵੀ ਕੋਈ ਨਹੀਂ, ਸਮੈਰਾ ਨੂੰ ਬੇਟਾ ਕੋਈ ਨਹੀਂ ਹੈਗਾ, ਅਸੀਂ ਨਾ ਹਾਲ 'ਚ ਪੈ ਜਾਂਦੇ ਹਾਂ ਅਤੇ ਇਸ ਵਿਚਾਰ ਅਤੇ ਅਸੀਂ ਜਿਹੜਾ ਨਾ ਇੱਥੇ ਦੁਪਹਿਰ ਨੂੰ
ਜਿਹੜਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਅਤੇ ਜ਼ਿਆਨ ਅੱਜ ਜ਼ਿਆਨ ਨੇ ਕੀ ਕੀਤਾ ਉਮਰ ਪਤਾ ਕੀ ਕੀਤਾ ਜ਼ਿਆਨ ਨੇ ਜ਼ਿਆਨ ਨੇ ਇਕੱਲੇ ਨੇ ਹੀ ਏਸੀ ਚਲਾ ਦਿੱਤਾ ਆ ਕੇ ਹਾਂਜੀ ਹਾਂ ਇਹਨੇ ਆਪ ਹੀ ਚਲਾ ਦਿੱਤਾ ਇਹਨੂੰ ਪਤਾ ਇਹਨੇ ਨਾ ਏਸੀ ਚਲਾ ਦਿੱਤਾ ਅਤੇ ਮੈਨੂੰ ਬਾਹਰ ਜਾ ਕੇ ਦੱਸਿਆ ਵੀ ਪਾਪਾ ਮੈਂ ਏਸੀ ਆਨ ਕਰ ਦਿੱਤਾ ਹਾਂਜੀ ਫਿਰ ਮੈਂ ਆ ਕੇ ਨੱਠ ਕੇ ਆ ਕੇ ਦੇਖਿਆ ਅਤੇ ਏਸੀ ਚੱਲਦਾ ਪਿਆ ਸੀ ਹਾਂ ਰਿਮੋਟ ਤੋਂ ਇਹਨੇ ਚਲਾ ਦਿੱਤਾ ਨਹੀਂ ਫਿਰ ਮੈਂ ਕਿਹਾ ਵੀ ਹੁਣ ਕੀ ਕੀਤਾ ਤੂੰ ਨਹੀਂ ਨਹੀਂ ਫਿਰ ਮੈਂ ਕਿਹਾ ਵੀ ਹੁਣ ਇਹ ਪਿਆ ਇਹ ਕਹਿੰਦਾ ਮੈਂ ਇੱਥੇ ਏਸੀ 'ਚ ਪੈਣਾ ਵਾਂ ਇਹ ਕਹਿੰਦਾ ਆਹ ਪੰਖਾ ਨਹੀਂ ਚਲਾਉਣਾ ਇਹ ਪੱਖੇ ਨੂੰ ਖੱਪਾ ਕਹਿੰਦਾ ਹਾਂ ਖੱਪਾ ਨਹੀਂ ਚਲਾਉਣਾ ਕਹਿੰਦਾ ਹਾਂ ਇਹ ਇਹ ਚਲਾਉਣਾ ਵਾ ਏਸੀ ਚਲਾਉਣਾ ਵਾ ਇਹਨੂੰ ਇਸ ਦੀ ਨਾ ਠੰਡ ਜ਼ਿਆਦਾ ਅੱਛੀ ਲੱਗਦੀ ਹੈ ਮੇਰੇ ਬੇਟੇ ਨੂੰ ਇੱਧਰ ਏਸੀ ਵਾਲੇ ਜਿਹੜੇ ਆ ਨਾ ਉਹ ਪਏ ਨੇ ਖੇਸ ਲੈ ਕੇ ਅਸੀਂ ਕਿੱਥੇ ਏਸੀ ਜਿਹੜਾ ਨਾ ਉਹ ਬਰਦਾਸ਼ਤ ਕਰ ਸਕਦੇ ਹਾਂ ਠੀਕ ਆ ਨਾ ਇੱਧਰ ਅਸੀਂ ਤਾਂ ਖੇਸ ਲਿਆ ਹੋਇਆ ਅਤੇ ਜਿਹੜੇ ਏਸੀ ਵਾਲੇ ਬੱਚੇ ਆ ਦੇਖ ਲਓ ਜਿਹੜਾ ਨਾ ਖੁਸ਼ ਪਏ ਨੇ ਜੀ ਨਸਰੂਲਾ ਵੀ ਚੈਨਲ ਨੂੰ ਯੂਟਿਊਬ 'ਤੇ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਜ਼ਰੂਰ ਸਾਨੂੰ ਸਪੋਰਟ ਕਰਨਾ ਸਾਹਮਣੇ ਦੇਖ ਸਕਦੇ ਹੋ ਕੱਲ੍ਹ ਮੈਂ ਨੇਰ ਦੀ ਵਜ੍ਹਾ ਤੋਂ ਸ਼ੈੱਡ ਉਤਾਰਿਆ ਹੋਇਆ ਸੀ ਅਤੇ ਬਚ ਗਿਆ ਅਤੇ ਅੱਜ ਮੈਂ ਸ਼ੈੱਡ ਜਿਹੜਾ ਨਾ ਪੌਦਿਆਂ ਦੇ ਉੱਪਰ ਕਰ ਦਿੱਤਾ ਅਤੇ ਮੈਂ ਕਿਹਾ ਵੀ ਪੌਦੇ ਛਾਂ ਦੇ ਨੀਚੇ ਜਿਹੜੇ ਨਾ ਰਹਿਣ ਅਤੇ 4,000 ਦਾ ਇੱਕ ਇੱਕ ਪੌਦਾ ਜਿਹੜਾ ਨਾ ਉਹ ਮੈਂ ਲਾਇਆ ਹੋਇਆ ਅਤੇ ਇਸ ਕਰਕੇ ਮੈਂ ਉਹਨਾਂ ਦੀ ਹਿਫਾਜ਼ਤ ਕਰਦਾ ਪਿਆ ਅਤੇ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਖਿਆਲ ਰੱਖਦਾ ਅੱਜ ਇਹ ਵੀ ਵਾਸ਼ਰੂਮ ਜਿਹੜਾ ਨਾ ਸਾਫ਼ ਕੀਤਾ ਧੋਤਾ ਕਿਉਂਕਿ ਪਰਿੰਦਿਆਂ ਨੇ ਨਾ ਇਹ ਜਿਹੜਾ ਨਾ ਅਸੀਂ ਬੰਦ ਕਰ ਦਿੱਤਾ ਰੋਸ਼ਨ ਦਾ ਪਰਿੰਦਿਆਂ ਨੇ ਇਸ ਵਜ੍ਹਾ ਤੋਂ ਇਹਨੂੰ ਖਰਾਬ ਕੀਤਾ ਹੋਇਆ ਸੀ ਅਤੇ ਹੁਣ ਇਹਦੀ ਮੈਂ ਫਿਟਿੰਗ ਕਰਵਾਉਣੀ ਆ ਇੱਕ ਹਫ਼ਤੇ ਦੇ ਅੰਦਰ ਅੰਦਰ ਮੈਂ ਇਹਦੀ ਮੈਂ ਫਿਟਿੰਗ ਕਰਵਾ ਦੇਣੀ ਹੈ ਕੱਲ੍ਹ ਤੋਂ ਮੈਂ ਆਟਾ ਸਿੱਟ ਕੇ ਆਇਆ ਹਾਂ ਚੱਕੀ ਤਾਂ ਮੈਨੂੰ ਯਾਦ ਹੀ ਨਹੀਂ ਰਿਹਾ ਉਹ ਹੁਣ ਮੈਂ ਲੈ ਕੇ ਆਉਂਦਾ ਹਾਂ ਅਤੇ ਇਹ ਜਿਹੜਾ ਕਮਰਾ ਅਸੀਂ ਦੁਬਾਰਾ ਇਹਨੂੰ ਸੈੱਟ ਕਰਾਂਗੇ ਦੁਬਾਰਾ ਡੈਕੋਰੇਟ ਕਰਾਂਗੇ ਅਤੇ ਅਸੀਂ ਜਿਹੜਾ ਨਾ ਇਹ ਵੀ ਰੂਮ ਜਿਹੜਾ ਸੈੱਟ ਕਰਾਂਗੇ ਸੁਨਹਿਰਾ ਕਹਿੰਦੀ ਆਪਾਂ ਤੋਂ ਨਾ ਗਲਤੀ ਹੋਈ ਹੈ ਮੈਂ ਕਿਹਾ ਕੀ ਹੋਇਆ ਕਹਿੰਦੇ ਆਪਾਂ ਨਾ ਇੱਕ ਇੱਕ ਟਨ ਦੇ ਨਾ ਦੋਨੋਂ ਰੂਮਾਂ 'ਚ ਏਸੀ ਲਾ ਦੇਣੇ ਚਾਹੀਦੇ ਸੀ ਕਿਉਂਕਿ ਉਹਦੀ ਵਜ੍ਹਾ ਇਹ ਆ ਕਿ ਇੱਕ ਇੱਕ ਟਨ ਦੇ ਅਗਰ ਦੋਨੋਂ ਰੂਮਾਂ 'ਚ ਏਸੀ ਲਾਉਂਦੇ ਨਾ ਤਾਂ ਰੂਮ ਹੈਗੇ ਛੋਟੇ ਅਤੇ ਕੂਲਿੰਗ ਠੀਕ ਹੋਣੀ ਹੈ ਇਹ ਹੁਣ ਰੂਮ ਛੋਟਾ ਵਾ ਇਹ 'ਚ ਇੰਨੀ ਕੂਲਿੰਗ ਹੁੰਦੀ ਆ ਅੰਦਰ ਮੈਂ ਨਾ ਅਗਰ ਸਿੱਧੀ ਗੱਲ ਦੱਸਾਂ ਮੈਂ ਨਹੀਂ ਜਾਂਦਾ ਹੈਗਾ ਮੈਂ ਆਪਣੇ ਦੇਖਣ ਵਾਲੇ ਭੈਣ ਭਰਾਵਾਂ ਨੂੰ ਦੱਸਾਂ ਮੈਂ ਰੂਮ 'ਚ ਨਹੀਂ ਜਾਂਦਾ ਮੈਂ ਆਪਣਾ ਨਾ ਇੱਥੇ ਐਸ 'ਚ ਹੀ ਰਹਿੰਦਾ ਵਾਂ ਕਿਉਂਕਿ ਮੈਨੂੰ ਨਾ ਬਹੁਤ ਜ਼ਿਆਦਾ ਠੰਡ ਲੱਗਦੀ ਆ ਅਤੇ ਇਸ ਕਰਕੇ ਜਿਹੜਾ ਨਾ ਬੱਚੀ ਉਹ 'ਚ ਰਹਿੰਦੇ ਆ ਮੈਂ ਕਿਹਾ ਵੀ ਮੈਂ ਤਾਂ ਜਿਹੜਾ ਨਾ ਆਪਣੇ ਇਸ ਜਗ੍ਹਾ 'ਤੇ ਠੀਕ ਹਾਂ ਇੱਥੇ ਖੁੱਲ੍ਹੀ ਹਵਾ ਲੱਗਦੀ ਆ ਅਤੇ ਮਾਸ਼ਾਅੱਲਾ ਜੀ ਬਹੁਤ ਜ਼ਬਰਦਸਤ ਇੱਥੋਂ ਹਵਾ ਦੀ ਕ੍ਰਾਸਿੰਗ ਆਉਂਦੀ ਹੈ ਇੱਧਰੋਂ ਉੱਧਰ ਲੰਘ ਜਾਂਦੀ ਹੈ ਅਤੇ ਇਸ ਕਰਕੇ ਆਪਾਂ ਤਾਂ ਜਿਹੜਾ ਨਾ ਸਾਦਾ ਜ਼ਿੰਦਗੀ ਗੁਜ਼ਾਰਦੇ ਹਾਂ ਅਤੇ ਬਹੁਤ ਅੱਛਾ ਲੱਗਦਾ ਇਹਦੇ ਨਾਲ ਹੀ ਅਸੀਂ ਆਪਣੇ ਵਲੌਗ ਦਾ ਐਂਡ ਕਰਾਂਗੇ ਇਨਸ਼ਾਅੱਲਾ ਫਿਰ ਮਿਲਦੇ ਹਾਂ ਨੈਕਸਟ ਵੀਡੀਓ 'ਚ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ ਅੱਲਾ ਹਾਫਿਜ਼